जी जी मैंने किसी ने इंस्टाग्राम से फोटो पाइया ये बाई का एक्सीडेंट होया एम्बूलेंस चला जेडे बाई ने मेरे फोटो भेजिया आई डी उपर आ रही है जे कोई हेल्प करना चाहता तो कर दो ना कोई माड़ा बोले मैं इंसानियत ना तो फोटो एड कर दतिया हूँ कर दे अपने छोटे जे व्लॉग की शुरुआत अपना दी मठारू ते अज आपां चले आ किथे चले चलो जी हाँ वो प्लेस आ जिथे बाबे दे विआह ते फैक्ट्री नूं अग लगी ਆਡੀ ਫੇਮਸ ਹਸਨੀ ਪੁਲ ਪੁਲ ਹਸਨੀ ਦਾ ਹਸਨੀ ਦਾ ਪੁਲ ਕੋਈ ਹਸਨੀ ਕਹਿੰਦਾ ਕੋਈ ਹਥਣੀ ਕਹਿੰਦਾ ਹਾਂ ਇਹ ਤਾਂ ਪਤਾ ਨਹੀਂ ਲੱਗਦਾ ਕੀ ਆਪਾਂ ਆ ਗਏ ਆ ਆਪਣੀ ਨਰਸਰੀ ਚ ਆਪਣੀ ਨਰਸਰੀ ਆਪਣੀ ਹੈ ਵੀਰੇ ਜਿੱਥੇ ਆ ਗਏ ਸਮੇ ਲਓ ਆਪਣੀ ਕਿਹੜੇ ਬੰਦ ਗੋਭੀ ਦੇ ਫੁੱਲ ਹੁੰਦੇ ਕਿਹੜੇ ਉਹ ਵਿਖਾਵੇ ਕਿੱਥੇ ਆ ਹੋਏ ਆਵੇ ਆ ਪੀਲੇ ਪੀਲੇ ਆੜੀ ਆ ਆ ਆ ਲੱਗਣੇ ਗੋਭੀ ਦੇ ਬੰਦ ਗੋਭੀ ਦਾ ਹੁੰਦੀ ਹੈ ਪੁੱਛ ਲਈ ਭਲ ਬੰਦ ਗੋਭੀ ਦੇ ਵੀ ਚਲੋ ਆਜੋ ਆਜੋ वेला बूटे बूटे है ना पैसा होना चाहिए बंदे को नहीं डर जी आ वैसे आ डरी आ किन्ने संगने बूटे हैं केड़े किदा दो दे नाल एक फ्री आ चलो चलो ओने ना इन्नी इन्नी गल कौन ना काका डंडी पोपियां नु जो जान मुड़ जो डरी ने कर इथे यार एक बूटे मैं देखे मैं वो बड़े सोहने लगदे ओ ले जाने ओ सस्ते नाले ते ओ उन्हां नु फुल भी लगदे आ ओ मम्मी ओ किथे जड़े मम्मी 10 रुपए दा बूटा आंदे ते उन्नू वेख ले मुड़ के फुल भी किन्ने लगदे आ छोटे छोटे जो बूटे होंगे छोटे छोटे जो पनीरी ही जी किधर लाई होंगी वे बड़ा उस वे आले आले फुल लगे ना इन्होंने सोहना मम्मी कहती ले नींबू ला लो नींबू की करने इन्ना च ला लो डैड जी एक कोई भी इन्ना च यार आवे कि हाल ला लो छोटे का छोटा नाले हाँ ये नहीं रहे है ना हाँ डैड जी बूटे फुल नहीं सही लगने कोई होर वेख लो भी डैड जी लेना वो लो सूरजमुखी का तितली वाला ले लो फिर यो ले लो होर तरह के होते ना वो जोड़े वो फुल फुल जो खिड़िया रही ज्यादा वो वेखो वाला वो वाला डैड जी चिट्टा जड़ा जरा ये भी चंगा ही है आ बूटे में कि लगे फुल डैडिया है ना कि सोहना होता उदा विखा लेना वेख लो जो लैना तो ले लो जो नहीं तो रहन दो आ नहीं सोहना वे कि सोहना जू जी वीर यो ले लो उम्र उम्र कि अच्छा अच्छा नहीं हो गए भला तीन चार बूटे हो गए ना चार
ਲਓ ਜੀ ਕਬੀਰ ਕਹਿੰਦਾ ਬਟਰਫਲਾਈ ਵੀ ਹੈਗੇ ਨੇ ਡਾਕਟਰ ਜੀ ਲੈ ਲਓ ਇਹ ਕਿਤਲੀ ਵਾਕਿਆ ਬਣੀ ਹੋਈ ਯਾਰ ਹਨਾ ਹਾਂ ਲੈ ਲਓ ਡਾਕਟਰ ਜੀ ਉਹ ਯੈਲੋ ਆ ਜਾਮੂ ਕਿੰਨੇ ਪੈਸੇ ਹੋ ਗਏ 160 ਰੁਪਏ ਕਿੱਦਾਂ ਰੇਟ ਲਾਇਆ ਇਹਨਾਂ ਦਾ ਉਹ ਬੁੱਟਾ ਚਾੜੀਆਂ ਦਾ ਤੇ ਬਾਕੀ ਹੈਗੇ ਆ ਤੀਆਂ ਦੇ ਪਰ ਉਹ ਮੁੜ ਕੋੜ ਉਹੀ ਫੁੱਲ ਲਾਈ ਜਾਂਦੇ ਕੋਈ ਹੋਵੇ ਨਾ ਕੋਈ ਅਨੋਖੀ ਚੀਜ਼ ਹੋਵੇ ਪਰ ਮੁੜ ਕੋੜ ਆਹ ਗੋਭੀ ਜੀ ਆਵੇ ਇਹ ਮਹਿੰਗਾ ਬੜੇ ਹੋਣੇ ਵੱਡੇ ਆ ਨਾਲੇ ਜਗ੍ਹਾ ਕੋਠੇ ਤੇ ਉਨੀ ਕੋ ਲਾ ਲਓ ਬੜੀ ਵਧੀਆ ਚੀਜ਼ ਆ ਉਹ ਸਾਡੇ ਕੋਲ ਥਾਂ ਉੱਥੇ ਉਨਾ ਥਾਂ ਉਨਾ ਕੋ ਨਾ ਵੀ ਗੱਲ ਹੋਰ ਕੋਈ ਨਹੀਂ ਇਦਾਂ ਹੀ ਗਮਨ ਤੇ ਜਾ ਕੇ ਰੱਖ ਦੋ ਕੋਈ ਗੱਲ ਨਹੀਂ ਤੇ ਬਹੁਤ ਵਧੀਆ ਬੁੱਟਾ ਬੰਦੇ ਤਾਂ ਜਿਹੜਾ ਚਿੱਟਾ ਜਾ ਸੂਰਜਮੁਖੀ ਦਾ ਮੈਂ ਜਿਹੜਾ ਵੱਡਾ ਬੂਟਾ ਤੇ ਫੜਿਆ ਸੀ ਤੇ ਲੈ ਆਓ ਗੋਭੀ ਜੀ ਦਾ ਕਹਿੰਦੀ ਦਿਲ ਕਰਦਾ ਯਾਰ ਮੰਮੀ ਨੇ ਉਹਨੇ ਨਾਰਾਜ਼ ਕਰਨਾ ਲੈ ਲਓ ਤੁਸੀਂ ਮੰਮੀ ਕਿਹੜਾ ਰੰਗ ਲੈਣਾ ਤੇ ਲੈ ਲਾ ਕੋਈ ਨਹੀਂ ਯਾਰ ਮੰਮੀ ਕਿਹੜਾ ਲੈਣਾ ਬਾਊ ਹੈ ਜਾਮਨੂ ਜਿਹਾ ਲੈ ਜੇ ਲੈਣਾ ਤੇ ਜਾਮਨੂ ਲੈ ਜੇ ਲੈਣਾ ਚਿੱਟੇ ਤੇ ਘਟਾ ਜਿਹਾ ਗੰਦਾ ਜਿਹਾ ਲੱਗਿਆ ਕਰਨਾ ਚਿੱਟਾ ਜਿਹਾ ਕਾਫੀ ਸਹੀ ਆ ਲੈ ਲਓ ਇਹੋ ਲੈ ਲਓ ਜਿਹੜਾ ਦਿਲ ਕਰਦਾ ਇਹੋ ਲੈ ਲਓ ਹਾਂ ਲੈ ਲਓ ਗਮਲੇ ਵੀ ਡੈਡੀ ਬਣਦੇ ਹੀ ਉਹ ਗਾੜੀ ਉਹ ਕੀ ਡੰਡੇ ਚ ਲਾਏ ਇਹਨਾਂ ਨੇ ਆੜੇ ਡੇ ਜੀ ਹਣਾ ਜਾਲੀ ਜੀ ਚੜੀ ਉੱਪਰ ਡੇ ਜੀ ਉਹ ਜਾਲੀ ਜੀ ਚੜੀ ਉਹਨਾਂ ਨੂੰ ਡੰਡੇ ਜੀ ਹੋਏ ਨੇ ਵੇਖੋ ਸਹੀ ਬੜਾ ਕੀ ਹੈ ਵੇਖੋ ਕੀ ਇਹ ਚੀਜ਼ ਕੀ ਹੈ ਬੂਟਾ ਨਹੀਂ ਉਦਾਂ ਹੀ ਕੋਈ ਮਿਲਣ ਲੱਗਦੀ ਗੱਲ ਚਿੜੀਆਂ ਨੇ ਆਲਣਾ ਪਾਇਆ ਵਾ ਅੱਛਾ ਅੱਛਾ ਮਨੀ ਪਲਾਂਟ ਦਾ ਮੈਂ ਚਿੜੀਆਂ ਨੇ ਆਲਣਾ ਪਾਇਆ ਖਣੀ ਹਾਂ ਮੈਂ ਚਿੜੀਆਂ ਨੇ ਆਲਣਾ ਪਾਇਆ ਖਣੀ ਪੱਤੇ ਚੜ ਗਏ ਹੁਣ ਨਵੇਂ ਪੈਸਾ ਹੋਣਾ ਚਾਹੀਦਾ ਵੇਲੇ ਜਿਹੜੀ ਮਰਜ਼ੀ ਚੀਜ਼ ਲੈ ਲਓ ਬਦਕ ਇਹੋ ਲੈ ਲਓ ਨਿੱਕੇ ਨਿੱਕੇ ਠੀਕ ਹੈ ਬੂਟੇ ਬੜੇ ਵਧੀਆ ਆਪਣੇ ਛੋਟੇ ਬੂਟੇ ਲੱਗ ਜਾਣੇ ਇਹਦੇ ਵਿੱਚ ਚੀਨੀ ਦੇ ਕੋਈ ਗੱਲ ਨਹੀਂ ਫਿਰ ਕੀ ਆ ਚਲੀ ਮੰਮੀ ਚਲੋ ਚਲੋ ਕਿਹੜਾ ਬੂਟਾ ਫੜਨਾ ਆਵਲਾ ਲੈਣਾ ਲੈ ਲਾ ਚਲ ਠੀਕ ਇਹੀ ਬਸ ਲਏ ਆਪਾਂ ਦੋ ਚਾਰ ਹੀ 460 ਲਓ ਜੀ 460 ਰੁਪਏ ਬਣ ਗਏ ਕੁਛ ਹੋ ਗਿਆ ਵੀਰ ਚੱਲ ਭਰਾ ਖੁਸ਼ ਰਹਿ ਵੀ ਆਹੋ ਘਰੇ ਲੈ ਕੇ ਚੱਲੇ ਕਰਦੇ ਕਰਦੇ ਕਰੀ ਹਾਏ ਸ਼ਾਬਾਸ਼ ਉਹਨਾਂ ਨਾਲ ਮਗਰੀ ਪੈ ਗਏ ਸਾਡੇ ਮੋਟਰਸਾਈਕਲ ਭਜਾ ਕੇ ਆਉਂਦੇ ਲੈਂਦਾ ਚਾਬੀ ਦੇ ਕੋਲ ਆਏ ਨੇ ਆਪਣੇ ਉਹ ਡੈਡੀ ਹੋਣਾਂ ਦੇ ਕੋਲ ਹੀ ਆ ਆ ਹੀ ਜਾਣਾ ਯਾਰ ਉਹਨਾਂ ਨੇ ਮੈਨੂੰ ਲੱਗਦਾ ਉਹ ਲੈ ਦੇ ਆ ਗਈ ਬੱਕਰੀਆਂ ਵੇਖੀਆਂ ਬੱਕਰੀਆਂ ਸੋਹਣਾ ਵਾ ਡੈਡੀ ਲੱਗੇ ਹੁਣ ਆਪਣੇ ਘਰ ਵਿਹਾਰ ਕਰਨ ਲੱਗੇ ਮੈਂ ਕਿਹਾ ਵੀ ਯਾਰ ਮੈਂ ਜੂਸ ਲੈਣਾ ਚੱਲ ਗਿਆ ਤੇ ਆਪਾਂ ਪੀ ਲਿਆ ਇੱਕ ਡੈਡੀ ਦਾ ਇੱਕ ਤੇਰਾ ਜੀ ਹਾਂ ਡੈਡੀ ਜੂਸ ਪੀ ਲਓ ਡੈਡੀ ਨੇ ਲਾਈਆਂ ਬੋਤਲਾਂ ਹੈਂ ਕੀ ਕੁਛ ਕਰਦੇ ਨੇ ਯਾਰ ਉਹ ਵੀ ਲਾਈਆਂ ਉੱਧਰ ਵੀ ਗਮਲੇ ਪਏ ਆ ਹੁਣ ਨਵੇਂ ਯਾਰ ਰੈਡੀ ਹੋਣ ਡੇ ਕਿਹੜਾ ਓ ਉੱਦਾਂ ਹੀ ਪਿਆ ਵਾ ਉਹਨੇ ਕੀ ਕਰਨਾ ਹੁਣ ਸੁਣਾ ਠੀਕ ਠਾਕ ਤੇਰੀ ਵੀਡੀਓ ਬਣਾਉਣ ਡਿਆ ਵੇਲਾ ਜੀ ਡੈਡੀ ਨੇ ਲਾਤੇ ਆ ਇੱਧਰ ਫੁੱਲ ਹਾਂਜੀ ਹੁਣ ਕਰਦੇ ਹਾਂ ਸਮਾਪਤੀ ਮੇਰੀ ਇੰਸਟਾਗ੍ਰਾਮ ਆਈਡੀ ਆ ਰਹੀ ਹੈ ਦੇਖੋ ਤੇ ਜਾ ਕੇ ਫੋਲੋ ਜ਼ਰੂਰ ਕਰਿਓ ਔਰ ਮੇਰੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਇੱਕ ਵਾਰੀ ਨਿਊ ਵਲੌਗ ਦੇਖਣ ਵਾਸਤੇ ਬਾਏ ਬਾਏ।